Assalamualaikum. Kya hale sare pramanda thik thak ho? Main aaj subah subah uthe hain aur theek hai na. Takriban uth ke takriban 9:30 da time ho gaya subah ke tade waste. Mere waste ve tade waste ni. Te meri akha vi nahi khuldiyan bhi sahi kyunki samne utte sidha suraj aaya check kar sakde ho. Eh suraj hai te suraj bilkul tuhanu disdi nahi pya na. ਉਹਦੀ ਇੱਕ ਵਜ੍ਹਾ ਤੁਹਾਨੂੰ ਪਤਾ ਲੱਗ ਗਿਆ ਵੇਦਾ ਤੁਹਾਨੂੰ ਹਣਾ ਨਾ ਤੁਸੀਂ ਰਾਣ ਹੋ ਜਾਂਦਾ ਮੈਂ ਸੁਬਹ ਉੱਠ ਕੇ ਇੱਕ ਵਾਰੀ ਵੇਖਿਆ ਫਿਰ ਮੈਂ ਸੌਂ ਗਿਆ ਮੈਂ ਕਿਹਾ ਜੇ ਨਾ ਕੰਮ ਜ਼ਿਆਦਾ ਫਿਰ ਮੈਂ 9:30 ਪਿਆ ਉੱਠਣਾ ਅਤੇ ਮੈਨੂੰ ਇੱਦਾਂ ਹੀ ਤੁਸੀਂ ਆਪਾਂ ਵੇਖ ਲਓ 3-2-1 ਗੋ ਉਹ ਵਾਹ ਯਾਰ ਕਿਆ ਹੀ ਬੋਲੇ ਕੋਈ ਸ਼ੈ ਨਹੀਂ ਦਿਸਦੀ ਵੀ ਵੇਖੋ ਉਹਨੇ ਇਹ ਵੇਖੋ ਅੱਖਾਂ ਮੈਂ ਤਾਂ ਪਤਾ ਕੋਈ ਸ਼ੈ ਦਿਸਦੀ ਵੀ ਦੇਖੋ ਇੰਨੀ ਕੁ ਧੁੰਦ ਪਈ ਹੈ ਸੁਬਹਾ ਨਾ ਸੁਬਹਾ ਇਹ ਜਿਹੜਾ ਇਹ ਕੋਠਾ ਨਹੀਂ ਇਹ ਜਿਹੜਾ ਜਿੱਥੇ ਸਰੀਏ ਸਰੀਏ ਲੱਗੇ ਨੇ ਇਹ ਵੀ ਕੋਠਾ ਨਹੀਂ ਦਿਸਦਾ ਅਤੇ ਸੁਬਹਾ ਸੁਬਹਾ ਜਿਸ ਟਾਈਮ ਮੈਂ ਉੱਠਿਆ ਅਤੇ ਹੁਣ ਕਿ ਧੁੱਪ ਝਾੜ ਆਈ ਹੈ ਨਾ ਅਤੇ ਫਿਰ ਧੁੰਦ ਹੌਲੀ 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 ਕਲੋਜ਼ ਹੋਣ ਲੱਗ ਪਈ ਅਤੇ ਠੀਕ ਹੈ ਅੱਜ ਦੀ ਵੀਡੀਓ ਇੱਥੋਂ ਸ਼ੁਰੂ ਕਰਨੇ ਹਾਂ ਅਤੇ ਜਿੰਨਾ ਹੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਨਾ ਕੀਤਾ ਜਲਦੀ ਜਲਦੀ ਮਾਰੋ ਸਬਸਕ੍ਰਾਈਬ ਅਤੇ ਫਿਰ ਅੱਜ ਦੀ ਮਜ਼ਾ ਵੀਡੀਓ ਸਟਾਰਟ ਕਰਨੇ ਹਾਂ ਮੈਂ ਜਨਾਬ ਕੋਠੇ ਚੜਿਆ ਮੈਂ ਤੁਹਾਡੇ ਸਾਹਮਣੇ ਵਲੋਗ ਸ਼ੁਰੂ ਕੀਤੇ ਅਤੇ ਉੱਧਰ ਦੂਜਾ ਵੀ ਧੁੱਪ ਸਿੱਖਣ ਵਾਸਤੇ ਇੱਕ ਮੁੰਡਾ ਚੜਿਆ ਇੱਕ ਹੱਥ ਲਾ ਵੇਖਿਆ ਜੀ ਕਹਿੰਦਾ ਮੈਂ ਤੇਰਾ ਫੈਨ ਹਾਂ ਮੇਰੀ ਵੀਡੀਓ ਬਣਾ ਮੈਂ ਕੋਈ ਗੱਲ ਨਹੀਂ ਜਨਾਬ ਅਸੀਂ ਹੁਕਮ ਕਹੋ ਤੁਸੀਂ ਅਸੀਂ ਫੌਰਨ ਤੁਹਾਡੇ ਕੋਲ ਬਣਾ ਦੇ ਧੁੰਦ ਵੇਖ ਧੁੰਦਾ ਜੀ ਵਾਹਵਾ ਪਈ ਆ ਧੁੰਦ ਇੰਜੋਏ ਕਰ ਰਿਹਾ ਇੰਜੋਏ ਅਸੀਂ ਪੂਰੀ ਇੰਜੋਏ ਧੁੰਦ ਨੂੰ ਕਰ ਰਹੇ ਹਾਂ ਜਨਾਬ ਇਹ ਮੇਰੇ ਵਾਲਾਂ ਵੁਲਾਂ ਲੋ ਨਹੀਂ ਵੇਖਣਾ ਅੱਜ ਕੀ ਹਾਲਤ ਬਣੀ ਕਿਉਂਕਿ ਅੱਜ ਤਾਂ ਮੈਂ ਕੰਘੀ ਸ਼ੰਘੀ ਨਹੀਂ ਫੇਰੀ ਮੈਂ ਕਿਹਾ ਚਲੋ ਸਿੱਧਾ ਚਲੀਏ ਚੱਲ ਕੇ ਨਾ ਕਰਨੀ ਹੈ ਸਫਾਈ ਸ਼ਾਈ ਉਹ ਜਿਹੜੀ ਜ਼ਮੀਨ ਵਿੱਚ ਰੇਤ ਸਟਾਈ ਹੈ ਨਾ ਉਹ ਆ ਜਾਂਦਾ ਸਾਰੀ ਜ਼ਮੀਨ ਵਿੱਚ ਖਿਲਾਰ ਨਹੀਂ ਕਿਉਂਕਿ ਪਹਿਲਾਂ ਖਿਲਾਰਨੇ ਹਾਂ ਪਾਣੀ ਜਿੱਥੇ ਪਾਣੀ ਥੋੜ੍ਹਾ ਥੋੜ੍ਹਾ ਖਲੋਤਿਆ ਉਹ ਸਾਰਾ ਉੱਥੋਂ ਜਗ੍ਹਾ ਸਹੀ ਕਰਨੀ ਹੈ ਅਤੇ ਤਾਂ ਤਾਂ ਮਿਸਰੀ ਸ਼ਿਸਰੀ ਲੱਗਣੇ ਨੇ ਬਾਈ ਟਾਂਟਾਂ ਤਾਂ ਆਉਣੀਆਂ ਨੇ ਅਤੇ ਚਲੋ ਚੱਲਣੇ ਹਾਂ ਸਿੱਧਾ ਅਲਹਮਦੁਲਿਲਾ ਅਸੀਂ ਆਪਣੀ ਜ਼ਮੀਨ ਵਿੱਚ ਪਹੁੰਚ ਆਏ ਹਾਂ ਅਤੇ ਐਨ ਕਰਨਾ ਉੱਥੇ ਤੁਸੀਂ ਕਿਉਂ ਰੈਡੀ ਪਿਆ ਹੁੰਦਾ ਮੈਂ ਇਕੱਲਾ ਬਤੇਰਾ ਤੁਸੀਂ ਬੇਫਿਕਰ ਹੋ ਜਾਓ ਖਲਾਰੀ ਖਲੋਰੀਏ ਤੇ ਫਿਰ ਤੁਹਾਨੂੰ ਮਿਲਣੇ ਕਿਉਂਕਿ ਮੈਂ ਵੀ ਰੈਡੀ ਸ਼ੈਡੀ ਹੋ ਗਿਆ ਅੱਬੜੀ ਉੱਪਰ ਰੇਹੜੀ ਤੁਹਾਨੂੰ ਦੱਸਿਆ ਉਦੋਂ ਮੈਂ ਪਿਛਲੀ ਵੀਡੀਓ 'ਚ ਵੇਖੀ ਹੋਈ ਤੁਸੀਂ ਕਿ ਉਹਦੇ 'ਚ ਮੈਂ ਗਿਆ ਰੇਹੜੀ ਦਾ ਪਤਾ ਸ਼ਤਾ ਕੀਤਾ ਫਿਰ ਉਹ ਰੇਹੜੀ ਦਾ ਪਤਾ ਕਰਕੇ ਆਏ ਨੇ ਮੈਂ ਪਤਾ ਕਰਕੇ ਆਇਆ ਮੈਂ ਦੱਸਿਆ ਦੁਕਾਨ 'ਤੇ ਜਾ ਕੇ ਬੁਰਿਆਂ ਨੇ ਰੇਹੜੀ ਲੈਣ ਦੀ ਰੇਹੜੀ ਆਉਂਦੀ ਉਹ ਵੀ ਤੁਹਾਨੂੰ ਹਨ ਅਤੇ ਤਾਂ ਜਿਹੜੀ ਹੈ ਨਾ ਮੈਂ ਇਹ ਜਿਹੜੀ ਰੇਤ ਨਾ ਇਹ ਛੱਪੜੀ ਸੱਟਣਾ ਇਹ ਨਾਲ ਨਾਲ ਕਿਉਂਕਿ ਇਹ ਨੇੜੇ ਹੀ ਹੈ ਨਾ ਅਤੇ ਜਿਹੜੀ ਫਿਰ ਦੂਰ ਹੋ ਅੱਗੇ ਛੱਪੜੀਆਂ ਨੇ ਨਾ ਉਹਨਾਂ 'ਚ ਰੇਤ ਚੁੱਕ ਕੇ ਨਾ ਰੇਹੜੀ ਨਾ ਸੱਟਾਂ ਨੇ ਚਲੋ ਮੈਂ ਸੱਟਣਾ ਇਸ ਉਹਨਾਂ ਦਾ ਜੰਮ ਦੇ ਜਿਹੜਾ ਥੋੜ੍ਹਾ ਜਿਹਾ ਮੈਂ ਮੁਕਾ ਸੱਟਣਾ ਨਾ ਜਲਦੀ ਜਲਦੀ ਜਨਾਬ ਜਿਹੜਾ ਤੁਸੀਂ ਥੋੜ੍ਹਾ ਜਿਹਾ ਮਾੜਾ ਜਿਹਾ ਟਾਈਮ ਸਲੈਬ ਵੇਖਿਆ ਹੁਣ ਸਿੱਧਾ ਕੰਮ ਸਟਾਰਟ ਕਰਨਾ ਇਨਸ਼ਾਲਾ ਸਾਰੀ ਖਿਲਾਰ ਕੇ ਨਾ ਸਿੱਧਾ ਇੱਕਦਮ ਤੁਹਾਨੂੰ ਪ੍ਰੋਪਰ ਵਹਾਵਾਂਗੇ ਕਿਉਂਕਿ ਹੁਣ ਰੇਹੜੀ ਆ ਗਈ ਮਾਸ਼ਾਅੱਲਾ ਤੁਹਾਨੂੰ ਰੇਹੜੀ ਦਾ ਰਿਵਿਊ ਕਰਾਵਾਂ ਰੇਹੜੀ ਵਹਾਸਰਾ ਮਾਸ਼ਾਅੱਲਾ ਜੇ ਆ ਵੇਖਣਾ ਧੂੜ ਧੂੜ ਪਈ ਹੈ ਵਿੱਚ ਆਈ ਮੈਂ ਨਵੀਂ ਰੇਹੜੀ ਤਿਆਰ ਹੋਈ ਛਾਪਰ ਛੁਪਰ ਚੜੇ ਨੇ ਇਹਦੇ 'ਚ ਹੁਣ ਰੇਤ ਉੱਪਰ ਸੱਟਣੇ ਆ ਅਤੇ ਭਰਾਵਾਂ ਫਿਰ ਵਧੀਆ ਰੇਹੜੀ ਬੁਰਾ ਨਾ ਆਉਂਦੀ ਹੈ ਬਸ ਹੁਣ ਕੰਮ ਕਰੀਏ ਅਤੇ ਇਨਸ਼ਾਅੱਲਾ ਤੁਹਾਨੂੰ ਕੰਮ ਕਰਨੇ ਤੋਂ ਬਾਅਦ ਮਿਲਾਂਗੇ ਜਨਾਬ ਜਿਕਨ ਤੁਸੀਂ ਅੱਗੇ ਵੇਖੀਏ ਮੈਂ ਸ਼ੁਰੂ ਕੀਤਾ ਸਿਰਫ ਇਹ ਥੋੜ੍ਹੀ ਜਿਹੀ ਆਈ ਰੱਜ ਬੜੀ ਪਾਈ ਅਤੇ ਹੁਣ ਵੇਖੋ ਮਾਸ਼ਾਅੱਲਾ ਕਿੱਥੋਂ ਤਾਂ ਖਿਲਾਰ ਸਰ ਜੀ ਸਾਰੀ ਅਤੇ ਅਲਹਮਦੁਲਿਲਾ ਮੈਂ ਇੱਥੇ ਬੁਰ ਲੱਗਿਆ ਕੈਮਰਾਮੈਨ ਚੱਲਣਾ ਹੈ ਹੁਣ ਮੇਰੀ ਤੁਸੀਂ ਰੇਹੜੀ ਭਰਨੀ ਵੇਖਣੀ ਹੈ ਅਤੇ ਸੱਟਣੀ ਵੇਖਣੀ ਹੈ ਚਲੋ ਜੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਫਸਟ ਟਾਈਮ ਕੰਮ ਪਿਆ ਕਰਨਾ ਅੱਗੇ ਜ਼ਿੰਦਗੀ ਵਿੱਚ ਕੰਮ ਨਹੀਂ ਕੀਤਾ ਅਤੇ ਇਹ ਹੱਥ ਮੇਰੇ ਵੇਖ ਸਕਦੇ ਇੱਥੇ ਨੇੜੇ ਕਰ ਇਹ ਹੱਥਾਂ 'ਚ ਛਾਲੇ ਬਣ ਗਏ ਨੇ ਪਹਿਲੀ ਦਫਾ ਕੰਮ ਕੀਤਾ ਸ਼ੁਕਰ ਹੈ ਮੈਂ ਆਪਣੇ ਕੀਤਾ ਕਿਸੇ ਦਾ ਨਹੀਂ ਕੀਤਾ ਅੱਗੇ ਤਾਂ ਉਹ ਕੰਮ ਹੁੰਦਾ ਸਕੂਨ ਨਾਲ ਜਾ ਕੱਪੜੇ ਛੱਪੜੇ ਲਾ ਕੇ ਬਹਿਣਾ ਸਕੂਨ ਨਾਲ ਅਤੇ ਆ ਜਾਂਦਾ ਰਾਤੀ ਘਰ ਇੱਥੇ ਪਤਾ ਲੱਗਦਾ ਜਿਸ ਟਾਈਮ ਕਹੀ ਚਲਾਈਏ ਤਾਂ ਪਾ ਰਹੇ ਉਹਦੇ
ਕੀ ਆ ਗਿਆ ਥੋੜੀ ਆ ਚਲੋ ਜੇ ਛੱਡਣ ਚਲ ਉਹ ਤੇ ਛੱਡਣੀ ਹੈ ਬਿਸਮਿਲ੍ਲਾ ਰਹਿਮਾਨ ਰਹੀਮ ਬੇਸਤੀ ਨਾ ਕਰੋ ਜਿਹੜੇ ਖਪੀ ਤੋ ਯੋ 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 ਉਹਦੀ ਕਾਰ ਸਾਰੇ ਇਸ ਨੂੰ ਹੈਗੀ ਉਹਦੀ ਵੀ ਨਾਲ ਹੀ ਚਲੋ ਜੀ ਦੱਸ ਕੰਮ ਕਿੱਡਾ ਔਖਾ ਸੌਖਾ ਦੱਸੋ ਹੈ ਕੰਮ ਐਡਾ ਕੋਈ ਸੌਖਾ ਦੁਨੀਆਂ ਦਾ ਕੰਮ ਹੈ ਇਹਦੇ ਸੌਖਾ ਹੋਣਾ ਹੀ ਕੋਈ ਨਹੀਂ ਚਲੀ ਇੱਕ ਕੰਮ ਕਰ 200 ਰੁਪਏ ਦੇ ਔਰ 50 ਰੁਪਏ ਘੱਟ ਓਵਰ ਐਕਟਿੰਗ ਦੇ ਵਿੱਚ ਮੈਂ ਕਹਿਣਾ ਬਾਬਾ ਚੀਰ ਹੋ ਗਿਆ ਕੰਮ ਸ਼ਾਮ ਲੱਗੇ ਰਹੇ ਹਾਂ ਅਤੇ ਬੇਸਿਕ ਤਾਂ ਕੰਮ ਥੋੜ੍ਹੀ ਰਹਿ ਗਿਆ ਇਹ ਥੋੜ੍ਹੀ ਜਿਹੀ ਰਹਿ ਗਈ ਬਾਕੀ ਸਾਰੀ ਖਲਾਸ ਸਾਡੀ ਅਤੇ ਉਹਨਾਂ ਆ ਗਈ ਸਾਡੀ ਚਾਹ ਮਜ਼ੇਦਾਰ ਪੀਣੀ ਜੀ ਤਿਆਰ ਜੀ ਸੋ ਬਿਸਮਿਲ੍ਲਾ ਨਹੀਂ ਕਿ ਫਿਰ ਮੈਂ ਇਕੱਲਿਆਂ ਇਕੱਲਿਆਂ ਚਾਹ ਪੀ ਲਾਂ ਚਾਹ ਪੀ ਕੇ ਸਿੱਧਾ ਤੁਹਾਨੂੰ ਮਿਲੂ ਫਾਈਨਲ ਵੇਵਰ ਕਿਹੜਾ ਮਕਾਣਾ ਮੰਗਾ ਫਿਰ ਸਾਰੀ ਟੋਟਲ ਖਲਾਰ ਖਲੋਰ ਸਾਰੀ ਅੱਜ ਦਾ ਕੰਮ ਹੈ ਅਤੇ ਖਤਮ ਕਰਨੇ ਆ ਕਿਉਂਕਿ ਅੱਜ ਮੇਨ ਕੰਮ ਹੈ ਆ ਹੁਣ ਆਵੇ ਤਾਂ ਦੂਜਾ ਠੇਕੇਦਾਰ ਉਹ ਫਿਰ ਮੈਸ਼ ਪੁਮੋਸ਼ ਕਰੇਦਾ ਅਤੇ ਜਿਸ ਟਾਈਮ ਉਹ ਆਇਆ ਨਾ ਇਨਸ਼ਾਅੱਲਾ ਮੈਂ ਵੀ ਤੁਹਾਨੂੰ ਵਿਖਾਵਾਂਗਾ ਅਤੇ ਬਾਕੀ ਚਲੋ ਚੱਲਦੇ ਹਾਂ ਚੱਲ ਕੇ ਨਾ ਨਹਾਉਂਦੇ ਧੋਨੇ ਇੱਕ ਵਾਰ ਰੈਡੀ ਸ਼ੈਡੀ ਹੋ ਗਈ ਓਏ ਹੋਏ ਹੋਏ ਯਾਰ ਵੇਖ ਹੱਥ ਮੈਂ ਡਿੱਗੂ ਅੱਜ ਬਾਅਦ ਗਿਆ ਅਤੇ ਚੱਲ ਕੇ ਫਰੈਸ਼ ਹੁੰਦੇ ਹਾਂ ਫਰੈਸ਼ ਹੋ ਕੇ ਫਿਰ ਤੁਹਾਡੇ ਸਾਹਮਣੇ ਆਉਂਦਾ ਤਕਰੀਬਨ ਪੇਸ਼ੀ ਹੋ ਚੱਲੀਏ ਅਸ ਨਾ ਜ਼ੋਰ ਹੋਣੇ ਵਾਲੀ ਇਨਸ਼ਾਅੱਲਾ ਬਾਅਦ ਤੁਹਾਨੂੰ ਮਿਲਣੇ ਰੈਡੀ ਹੋ ਕੇ ਨਾ ਮੈਂ ਆ ਕੇ ਘਰ ਆ ਕੇ ਮੈਂ ਸਕੂਟਰ ਵਾਹਵਾ ਗੰਦਾ ਹੋਇਆ ਦੇਖ ਸਕਦੇ ਹੋ ਕੀ ਹਾਲਤ ਬਣੀ ਪਾਣੀ ਛਾਣੀ ਖੋਲ੍ਹ ਲਿਆ ਮੈਂ ਆਖਿਆ ਇਹਨੂੰ ਧੋ ਲਈਏ ਇੱਕ ਵਾਰੀ ਧੋ ਲਈਏ ਕਿਉਂਕਿ ਅੱਜ ਫਿਰ ਵਿਹਲੇ ਹਾਂ ਅਤੇ ਹੁਣ ਵਿਹਲਾ ਹੋਇਆ ਇਹਨੂੰ ਧੋ ਕੇ ਫਿਰ ਆਪਾਂ ਵੀ ਇਹਨੂੰ ਮੈਂ ਕਿਹਾ ਇਹਨੂੰ ਇੱਕ ਵਾਰੀ ਗੁੱਸਲ ਛੁਸਲ ਦਈਏ ਅਤੇ ਆਪਾਂ ਵੀ ਨਾ ਵੀ ਧੋਵੀ ਨਹਾ ਧੋ ਕੇ ਅਤੇ ਇਹਨੂੰ ਚਮਕਾ ਕੇ ਇੱਕਦਮ ਤੁਹਾਡੇ ਸਾਹਮਣੇ ਆਉਂਦੇ ਠੀਕ ਹੈ ਫਾਈਨਲ ਵੇਵਰ ਨਹਾ ਧੋ ਕੇ ਆ ਕੋਠੇ 'ਤੇ ਲੰਮਾ ਛਮਾ ਪਏ ਆ ਵੇਖ ਸਕਦੇ ਡੋਲੇ ਛੋਲੇ ਆਪਣੇ ਬਾਬਾ ਨੇ ਅਤੇ ਆਖਿਆ ਚਾਰ ਸਾਰਾ ਧੁੱਪ ਸੁੱਪ ਸੇਕ ਲਈ ਤਕਰੀਬਨ ਟਾਈਮ ਪਤਾ ਨਹੀਂ ਕੋਈ ਨਹੀਂ ਵੇਖਿਆ ਹੀ ਹੈ ਟਾਈਮ ਇਨਸ਼ਾਅੱਲਾ ਲਾਰੀ ਵੀ ਧੋਤੀ ਲਾਰੀ ਨੂੰ ਵੀ ਉੱਥੇ ਧੁੱਪੇ ਆਖਿਆ ਤੂੰ ਵੀ ਧੁੱਪ ਸੇਕ ਲੈ ਅਤੇ ਮੈਂ ਵੀ ਧੁੱਪ ਸੇਕ ਲੈ ਰੋਟੀ ਛੱਡੀ ਖਾਧੀ ਹੁਣ ਝੜ ਸਰ ਇੱਥੇ 10-15 ਮਿੰਟ ਧੁੱਪ ਸੇਕਨੇ ਆ ਅਤੇ ਉਹਦੇ ਬਾਅਦ ਇਨਸ਼ਾਅੱਲਾ ਤੁਹਾਨੂੰ ਦੱਸਣਾ ਹੈ ਕਿੱਥੇ ਜਾਣਾ ਇੱਕ ਥੋੜ੍ਹਾ ਜਿਹਾ ਅੱਜ ਗੁੱਡ ਨਿਊਜ਼ ਦੇ ਉੱਥੇ ਜਾਣਾ ਤੁਹਾਨੂੰ ਇਨਸ਼ਾਅੱਲਾ ਮਜ਼ਾ ਵੀ ਆਵੇ ਦਾ ਲਵ ਹੋ ਗਏ ਸਾਰੇ ਭਰਾਵਾਂ ਨੂੰ ਬਾਅਦ 'ਚ ਮਿਲਦੇ ਜੀ ਹੁਣ ਤੁਹਾਨੂੰ ਮੈਂ ਜਦ ਵਿਖਾਵਾਂ ਇਹ ਜੁੱਤੀਆਂ ਵੇਖਿਓ ਪੈਣੀਆਂ ਇਹ ਗੋ ਲੈਟਸ ਫਾਈਨਲ ਵਿਵਰ ਮੈਂ ਰੈਡੀ ਸ਼ੈਡੀ ਹੋ ਗਿਆ ਕੱਪੜੇ ਛੱਪੜੇ ਲਾ ਲਏ ਨੇ ਜੁੱਤੀ ਵੀ ਲਾ ਲਈ ਅਤੇ ਇੱਥੋਂ ਮਾਸ਼ਾਅੱਲਾ ਇੱਥੋਂ ਐਡੀ ਸੋਹਣੀ ਵੀ ਲੱਗਦੀ ਹੈ ਨਾ ਤੁਹਾਡੇ ਮੈਂ ਨੇੜੇ ਪਹਿਲਾਂ ਤੁਹਾਨੂੰ ਇੱਥੇ ਜ਼ੂਮ ਕਰਕੇ ਵਿਖਾਉਣਾ ਫਿਰ ਨੇੜੇ ਜਾ ਲੋਕ ਚੈੱਕ ਕਰਾਉਣ ਮਾਸ਼ਾਅੱਲਾ ਆਹਾ ਚਮਕਦੀ ਪਈ ਹੈ ਕਿ ਨਹੀਂ ਚਮਕਦੀ ਪਈ ਹੁਣ ਚੱਲ ਕੇ ਤੁਹਾਨੂੰ ਨੇੜੇ ਚੱਲ ਕੇ ਵਿਖਾਉਣਾ ਕਿਉਂ ਲੁੱਕ ਆ ਰਹੀ ਯਕੀਨ ਕਰ ਚੋ ਐਡੀ ਸਟੈਡੀ ਐਪਲ ਮੈਂਗੋ ਗੋ ਹਾਏ 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 ਮਾਸ਼ਾਅੱਲਾ ਅਤੇ ਇੱਕ ਇੱਥੇ ਥੋੜ੍ਹੀ ਜਿਹੀ ਨਿੱਕੀ ਜਿਹੀ ਵੈਣ ਨਹੀਂ ਉਹਦੀ ਕੀ ਵੇਖਿਆ ਜੀ ਗੁੱਜਰ ਜਿਹੜਾ ਨਾ ਜੀਵ ਗੁੱਜਰ ਦਾ ਜੀ ਜਿਹੜਾ ਨਾ ਉਹਦੇ 'ਤੇ ਕੋਈ ਅਲੀ ਕਸ਼ੀਕਾ ਮਾਰ ਕੇ ਅੱਲਾ ਨੂੰ ਦੇ ਦੇਵੇ ਅੱਗੋਂ ਨਾ ਕਰੇ ਕਿਉਂਕਿ ਮੇਰੇ ਨਾਲ ਹੀ ਹੋਣਾ ਹੁੰਦਾ ਮਾਸ਼ਾਅੱਲਾ ਬੈਕ ਲੁੱਕ ਹੈ ਵੇ ਸਲੰਸਰ ਵੇਖੋ ਕਿਵੇਂ ਚਮਕਣ ਲੱਗਿਆ ਮਾਸ਼ਾਅੱਲਾ ਮਾਸ਼ਾਅੱਲਾ ਫਰੰਟ ਲੁੱਕ ਹੈ ਅੱਜ ਇਹ ਨਵਾਂ ਬਾਡੀ ਗਾਰਡ ਪਾਇਆ ਇਹਨੂੰ ਪਤਾ ਨਹੀਂ ਕਿੰਨੇ ਰੰਗ ਪਿਆ ਮੈਨੂੰ ਸਮਝ ਨਹੀਂ ਆਈ ਇਸ ਬਾਡੀ ਗਾਰਡ ਦੀ ਬਾਕੀ ਫਰੰਟ ਹੈ ਜੀ ਟੋਟਲ ਹੈ ਜੀ ਅਤੇ ਹੁਣ ਸਿੱਧਾ ਲੈ ਕੇ ਚੱਲਣਾ ਤੇਲ ਪਵਾਉਣ ਹੁਣ ਤੇਲ ਛੇਲ ਪੈ ਗਿਆ ਨਾ ਹੁਣ ਕੋਈ ਮਸਲਾ ਤਾਂ ਪਿੱਛੇ ਜਾਨ ਵੀ ਹੋਣ ਲੱਗ ਪਈ ਅਸਰ ਹੋ ਗਈ ਜੇ ਦੇਖ ਸਕਦੇ ਪੇਸ਼ੀ ਟਾਈਮ ਤੋਂ ਬਾਅਦ ਟਾਈਮ ਲੱਗਦਾ ਦਿਹਾੜ ਲੱਗਦਾ ਚੇਰ ਹੀ ਕੌਣ ਲੱਗਦਾ ਸਿੱਧਾ ਹੁਣ ਚੱਲਣਾ ਵੇਲੀ ਮੈਂ ਵੇਲੀ ਆਇਆ ਅਤੇ ਵੇਲੀ ਮੈਨੂੰ ਦੋ ਮਾਮੇ ਦੇ ਮੁੰਡੇ ਲੋਕ ਅਸਲਾਮ ਵਾਲੇਕੁਮ ਕੋਠੇ ਚੜੇ ਨੇ ਕੋਠੇ 'ਤੇ ਕਿਵੇਂ ਚੜੇ ਹੋ ਨਹਾਤੀ ਹੋ ਨਹੀਂ ਅਤੇ ਫਿਰ ਕੋਠੇ 'ਤੇ ਕੀ ਖੇਡਣ ਚੜੇ ਹੋ ਕਿ ਨੱਕ 'ਤੇ ਕੀ ਮਾਰੀ ਹੈ ਨੱਕ 'ਤੇ ਕੀ ਮਾਰੀ ਹੁਣ ਮੁਕਦੇ ਇੱਧਰ ਵੇ ਉਹ ਡਰਾਸ ਰੇ ਮਨੂੰ ਤੇ ਹੁਣ ਇੱਥੇ ਮੈਂ ਚਲੋ ਧੁੱਪ ਛੁੱਪ ਦੇਖ ਲਈ ਅਤੇ ਸੂਰਜ ਵੇਖ ਚਲੀ ਮਾਸ਼ਾਅੱਲਾ ਮਾਸ਼ਾਅੱਲਾ ਕੈਮਰਾ ਫੋਕਸ ਨਹੀਂ ਕਰ ਰਿਹਾ ਇੱਕ ਮਿੰਟ ਯਾਰ ਕੈਮਰਾ ਫੋਕਸ ਕਰ ਲਏ ਫਿਰ ਤੁਹਾਨੂੰ ਹੁਣ ਕੈਮਰੇ ਫੋਕਸ ਕੀਤਾ ਹੁਣ ਇੱਧਰ ਫੋਕਸ ਹੋ ਗਿਆ ਹੈ ਇੱਧਰ ਫੋਕਸ ਹੋ ਗਿਆ ਮੈਂ ਆਖਿਆ ਹੁਣ ਆਹ ਦੱਸ ਰਹੀ ਇਹਨਾਂ ਨਾ ਵੇਲੀ ਪੜਾ ਜੀ ਜੀ ਅਤੇ ਇਹ ਹੁਣ ਕੀ ਖੇਡਾਂ ਮਨੁੱਖ ਫੱਦੇ ਹੈ
ਆਹ ਆਹ ਵਲੌਗ ਬਣਾਉਣ ਚੱਲੇ ਤੇ ਅੱਗੇ ਮੈਂ ਵਲੌਗ ਬਣਾਉਣਾ ਪਿਆ ਆਹ ਮੈਂ ਇੱਥੇ ਵੇਲੀ ਮੈਂ ਹੁਣ ਵਾਪਸ ਚੱਲਾ ਘਰੇ ਹਾਲ ਮੈਂ ਕੋਈ ਨਹੀਂ ਮਰਦਾ ਇੱਧਰ ਮੰਦ ਮਾਮੇ ਦਾ ਮੁੰਡਾ ਅਸਲਾਮ ਵਾਲੇ ਕੀ ਹੋ ਗਿਆ ਸੀ ਮੈਨੂੰ ਹਾਲ ਪੈ ਗਿਆ ਹਾਲ ਕਾਹੀ ਤੇ ਪੈ ਗਏ ਨੀ ਹੁਣ ਪੱਕਾ ਰਵੀ ਆਈ ਗਏ ਬਾਰੇ ਇਹ ਵੇਖੋ ਇਹ ਵੇਖੋ ਇਹ ਵੇਖੋ ਤੁਹਾਨੂੰ ਮੈਂ ਦੱਸਾਂ ਇਹ ਮੈਨੂੰ ਇਹ ਜਿਹੜੇ ਮਜ਼ਾਹੀਆ ਵੀਡੀਓ ਬਣਾਉਣੀ ਚੁੱਪ ਕਰ ਇਹ ਮਨ ਪੱਕਾ ਕਰਦਾ ਪਿਆ ਹੁਣ ਪਿਆ ਕਹਿੰਦਾ ਮੈਂ ਪੱਕਾ ਤੇਰੇ ਨਾਲ ਜਾਵਾਂਗਾ ਰਾਤੀ ਆਉਂਦੇ ਫਿਰ ਮਲਕੂ ਜਿਹੜਾ ਤੁਹਾਨੂੰ ਮੈਂ ਦੱਸਿਆ ਤੇ ਉੱਥੇ ਅਸੀਂ ਜਾਣਾ ਉਹਨੂੰ ਸੁਣਨ ਤੇ ਉਹਦੇ ਨਾਲ ਵੀਡੀਓ ਸ਼ੀਡੀਓ ਬਣਾਉਣ ਇਹ ਹੁਣ ਕਹਿੰਦਾ ਮੈਂ ਪੱਕਾ ਆਵਾਂ ਵਾ ਮੈਂ ਜਾਵਾਂਗਾ ਪਰ ਇਹਨੇ ਨਹੀਂ ਜਾਣਾ ਯਾਰ ਮੈਂ ਜਾਵਾਂ ਵੇਖ ਲੈ ਨਹੀਂ ਜਾਣਾ ਚੱਲ ਗੱਲ ਕੀਤੀ ਚੱਲ ਆਪਣੇ ਸਕੂਟਰ ਤੇ ਕਹਿੰਦੇ ਜੋ ਕਹਿਤਾ ਕਹਿਤਾ ਇਹ ਲਾਰੀ ਕਿਉਂ ਹੁਣ ਧੋ ਧੋ ਆ ਕੇ ਵੇਖੋ ਲਿਸ਼ਕ ਦੀ ਮਾਂ ਚੱਲ ਕੇ ਨਹੀਂ ਲਿਖ ਲਈ ਅੱਛਾ ਅੱਛਾ ਮੈਂ ਦੂਦ ਮੈਂ ਹਾਂ ਚਲੋ ਚੱਲਨੇ ਆ ਚੱਲ ਕੇ ਮੈਂ ਰੋਟੀ ਛੋਟੀ ਖਾਣਾ ਤੇ ਵੀ ਰੋਟੀ ਛੋਟੀ ਖਾ ਲਈ ਤਕਰੀਬਨ 9 ਵਜੇ ਲਿਖਣਾ ਹੈ ਮੈਂ ਆਰਾਮ ਬਿੱਲੀ ਅੱਡ ਤੇ ਕਿਸੇ ਟਾਈਮ ਆਵੇਂ ਤਾਂ ਤੂੰ ਗੇਮ ਤੇਰੇ ਨਾਲ ਲਾਣੀ ਹੈ ਗੇਮਾਂ ਗੁੰਮਾਂ ਦਾ ਟਾਈਮ ਨਹੀਂ ਹੈ ਕੀ ਚੈਲੰਜ ਅੱਛਾ ਚੈਲੰਜ ਗੇਮ ਪੱਕਾ ਪੱਕਾ ਚਲੋ ਕੋਈ ਹਿਸਾਬ ਲਾ ਲੈਣਾ ਸ਼ਾਮ ਦਾ ਟਾਈਮ ਹੋ ਗਿਆ ਚਲੀ ਦੱਸ ਕੋ ਵੀ ਘਰ ਚੱਲ ਕੇ ਵੀਡੀਓ ਅਪਲੋਡ ਕਰ ਲਈਏ ਉਹ ਜਿਸ ਟਾਈਮ ਮੈਂ ਤੈਨੂੰ ਦੱਸ ਰਾਂ ਦਾ ਕਿ ਜਿਸ ਟਾਈਮ ਜਾਣਾ ਹੋਇਆ ਤੈਨੂੰ ਮੈਂ ਦੱਸ ਰਾਂ ਓਕੇ ਚਲੋ ਚੱਲਨੇ ਸਿੱਧਾ ਨਾਬ ਜਿਹੜਾ ਤੁਹਾਨੂੰ ਦੱਸਿਆ ਕਿ ਮਲਕੂ ਆਮਨੇ ਉਹਦੇ ਹਲ ਜਾਣਾ ਹੈ ਬਾਈ ਉਹ ਜਿਹੜਾ ਮਾਮੇ ਦੇ ਮੁੰਡੇ ਨੇ ਮੈਂ ਆਖਿਆ ਉਹਨੂੰ ਮੈਂ ਵਾਪਸ ਤੋਰ ਸਰਿਆ ਅਤੇ ਬਹਿ ਹੁਣ ਬਿਲਕੁਲ ਨਾ ਤਕਰੀਬਨ ਰਾਤ ਦਾ ਟਾਈਮ ਹੋ ਗਿਆ ਅਸੀਂ ਜਾਣ ਲੱਗੇ ਬਸ ਫਿਰ ਸਾਡੀ ਸਲਾਹ ਰਹਿ ਗਈ ਕੋਈ ਮਸਲਾ ਬਣ ਗਿਆ ਮਸਲਾ ਐਡਾ ਵੱਡਾ ਕੋਈ ਨਹੀਂ ਬਗਿਆ ਬਸ ਬਾਕੀ ਫਿਰ ਆਖਿਆ ਰਹਿਣ ਦੀ ਕੋਈ ਨਹੀਂ ਮਸਲਾ ਹੈ ਫਿਰ ਕਿੱਦਾਂ ਤੁਹਾਨੂੰ ਸੁਣਾਵਾਂਗੇ ਹਾਂ ਅਤੇ ਠੀਕ ਹੈ ਮੈਂ ਅੱਜ ਦੀ ਵੀਡੀਓ ਇੱਥੇ ਖਤਮ ਕਰਨਾ ਦਿਲ ਮੇਰਾ ਬੜਾ ਬਾਕੀ ਫਿਰ ਮਜਬੂਰੀ ਹੁੰਦੀ ਹੈ ਕੋਈ ਸਮਝੀ ਦੀ ਹੈ ਅਤੇ ਮਾਤਰ ਜਿਹੜਾ ਤੁਹਾਨੂੰ ਵੀ ਨਹੀਂ ਮੈਂ ਵਿਖਾ ਸਕਿਆ ਠੀਕ ਹੈ ਮੈਂ ਅੱਜ ਦੀ ਵੀਡੀਓ ਇੱਥੇ ਖਤਮ ਕਰਨਾ ਉਮੀਦ ਕਰਨਾ ਕਿ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇਗੀ ਅਤੇ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੈ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਬਾਕੀ ਇਨਸ਼ਾਅੱਲਾ ਮਿਲਦੇ ਹਾਂ ਨਵੇਂ ਵੀਡੀਓ ਕੇ ਸਾਥ ਓਕੇ ਬਾਏ ਅਸਲਾਮ ਵਾਲੇਕੁਮ ਬਾਏ